ਦਸਵੀਂ ਸਵਾਲ ਵਿੱਚ ਆਟੋਮੈਟਿਕ ਗੇਰ ਵਾਲੀ ਗੱਡੀ ਦੇ ਬਾਰੇ ਗੱਲ ਕਰੇਗਾ ਠੀਕ ਹੈ ਜੀ ਹਾਂ ਇਹ ਜਿਹੜਾ ਤਰਸਮਿਸਿਓਨੇ ਹਾਈਡਰੋਲਿਕ ਹੋਏ ਇਹਦਾ ਮਾਨੀ ਕਰ ਲਓ ਆਟੋਮੈਟਿਕ ਗੱਡੀ ਠੀਕ ਹੈ ਜੀ ਐਂਜ ਫਿਰ ਸੋਖਾ ਤੁਹਾਨੂੰ ਲੱਗੇਗਾ ਆਟੋਮੈਟਿਕ ਗੇਰ ਕਹਿ ਲਓ ਜਾਂ ਆਟੋਮੈਟਿਕ ਚਲੋ ਗੇਰ ਹੀ ਕਹਿ ਲਓ ਤਰਸਮਿਸਿਓਨੇ ਦਾ ਦੀ ਫੋਟੋ ਜ਼ਰਾ ਫਿਰ ਦੇਖੋ ਤਰਸਮਿਸਿਓਨੇ ਕੀ ਸੀਗਾ ਬਈ ਇਹ ਟਰਾਂਸਮਿਸ਼ਨੇ ਵਿੱਚ ਆਇਆ ਸੀ ਇੱਕ ਗੇਅਰ ਕਲੱਚ ਔਰ ਐਰ ਆਡ ਵਗੈਰਾ ਵਗੈਰਾ ਤੇ ਇਹ ਟਰਾਂਸਮਿਸ਼ਨੇ ਵਿੱਚ ਜਿਹੜੀ ਆਟੋਮੈਟਿਕ ਗੱਡੀ ਹੈ ਇਹ ਵੀ ਇੱਕ ਟਰਾਂਸਮਿਸ਼ਨੇ ਵਿੱਚ ਮਤਲਬ ਇਹ ਮੈਨੂਅਲ ਗੱਡੀ ਹੈ ਜੀ ਤੇ ਆਟੋਮੈਟਿਕ ਗੱਡੀ ਦਾ ਵੀ ਟਰਾਂਸਮਿਸ਼ਨੇ ਹੁੰਦਾ ਹੈ ਲੇਕਿਨ ਉਹਦੇ ਚ ਗੇਅਰ ਪਤਾ ਕੋਈ ਨਹੀਂ ਹੁੰਦੇ ਸੋਚੋ ਨਾ ਆਟੋਮੈਟਿਕ ਗੱਡੀ ਹੈ ਤੁਹਾਡੇ ਕੋਲ ਕਾਰ ਹੈ ਆਟੋਮੈਟਿਕ ਗੇਅਰ ਕੋਈ ਨਹੀਂ ਹੁੰਦੇ ਕਲੱਚ ਕੋਈ ਨਹੀਂ ਹੁੰਦਾ ਤੇ ਉਹਨੂੰ ਫਿਰ ਤੁਸੀਂ ਕੀ ਕਹੋਗੇ ਇਹਨੇ ਕੀ ਨਾਂ ਦਿੱਤਾ ਹੈ ਟਰਾਂਸਮਿਸ਼ਨ ਨੇ ਇਧਰਾਉਲੀ ਕਾ ਇਹਦਾ ਮਾਨੀ ਮੈਂ ਕਰ ਲਿਆ ਆਟੋਮੈਟਿਕ ਗੱਡੀ ਆਟੋਮੈਟਿਕ ਗੱਡੀ ਚਲੋ ਮੈਂ ਲਿਖ ਦਿੰਦਾ ਆਟੋਮੈਟਿਕ ਗੱਡੀ ਤੇ ਆਂਦਾ ਹੈ ਕਿ ਜਿਹੜੀਆਂ ਬੱਸਾਂ ਨੇ ਬਹੁਤ ਸਾਰੀਆਂ ਬੱਸਾਂ ਨੇ ਟਰਾਂਸਮਿਸ਼ਨ ਨੇ ਇਧਰਾਉਲੀ ਕਾ ਆਟੋਮੈਟਿਕ ਹੁੰਦੀਆਂ ਨੇ ਔਰ ਸੁਸਤੀ ਤুইਸ਼ੇ ਉਹਨਾਂ ਚੇਂਜ ਕਰ ਦਿੱਤਾ ਜਾਂਦਾ ਹੈ ਫ੍ਰਿਸਿਓ ਨੇ ਕਲੱਚ ਨੂੰ ਹੀ ਔਰ ਕਾਂਬਿਓ ਮੈਕੈਨਿਕ ਕੋ ਜਿਹੜਾ ਮਕੈਨੀਕਲ ਗੇਅਰ ਹੁੰਦਾ ਹੈ ਇਹਨਾਂ ਦੋਵਾਂ ਨੂੰ ਚੇਂਜ ਕਰਕੇ ਇਹਨਾਂ ਦੋਵਾਂ ਦੀ ਜਗ੍ਹਾ ਤੇ ਟਰਾਂਸਮਿਸ਼ਨ ਨੇ ਇਧਰਾਉਲੀ ਕੋ ਕਰ ਦਿੱਤਾ ਜਾਂਦਾ ਹੈ ਯਾਨੀ ਕਿ ਇਹਨਾਂ ਨੂੰ ਆਟੋਮੈਟਿਕ ਕਰਤਾ ਜਾਂਦਾ ਹੈ ਟਰਾਂਸਮਿਸ਼ਨ ਨੇ ਇਧਰਾਉਲੀ ਕਾ ਜੇ ਤੁਹਾਡੀ ਗੱਡੀ ਦਾ ਵਿੱਚ ਆਟੋਮੈਟਿਕ ਸਿਸਟਮ ਹੈ ਟਰਾਂਸਮਿਸ਼ਨ ਹੈ ਨੋਨ ਐਜ਼ ਇਸ ਤੋਂ ਨੂੰ ਫਿਰ ਨਹੀਂ ਹੋਏਗਾ ਫ੍ਰਿਸਿਓ ਨੇ ਕਲੱਚ ਵੀ ਨਹੀਂ ਹੋਏਗਾ ਕਲੱਚ ਵੀ ਨਾ ਹੋਰ ਰੇਲਾਤੀਵ ਪੈਡਲ ਪੈਡਲ ਵੀ ਨਹੀਂ ਹੋਏਗਾ ਜੀ ਜੇ ਟਰਾਂਸਮਿਸ਼ਨ ਨਹੀਂ ਦਰਵਲੀ ਕੋ ਦਾ ਮਤਲਬ ਟਰਾਂਸਮਿਸ਼ਨ ਨੇ ਮਤਲਬ ਹੁੰਦਾ ਗੱਡੀ ਦਾ ਚੱਲਣਾ ਇਧਰਵਲੀ ਕੋ ਪਾਵਰ ਨਾਲ ਚੱਲਣਾ ਲੇਕਿਨ ਮਹਿਮਾਨੀ ਕੀ ਕਿਤਾ ਹੈ ਆਟੋਮੈਟਿਕ ਗੱਡੀ ਫਿਰ ਤੁਹਾਨੂੰ ਤਾਂ ਕਿ ਸਵਾਲ ਸਹੀ ਆਲੋਵੇ ਤੁਹਾਡਾ ਜੇ ਆਟੋਮੈਟਿਕ ਗੱਡੀ ਏ ਤੇ ਫਿਰ ਨਹੀਂ ਹੈ ਕਲਚ ਵੀ ਨਹੀਂ ਹੈ ਪੈਡਲ ਵੀ ਕਲਚ ਵਾਲਾ ਵੀਰੋ ਦੇਖੋ ਨਾ ਐਂਜ ਦਾ ਮਾ ਨਹੀਂ ਕਰਨ ਨਾਲ ਸਵਾਲ ਤੇ ਸਮਝ ਸਹੀ ਆਇਆ ਕਿ ਜੇ ਆਟੋਮੈਟਿਕ ਗੱਡੀ ਏ ਤੇ ਨਹੀਂ ਹੈ ਕਲਚ ਨਹੀਂ ਹੈ ਪੈਡਲ ਸਵਾਲ 10ਵਾਂ ਤੇ 11ਵਾਂ ਆਟੋਮੈਟਿਕ ਗੱਡੀ ਨੂੰ ਦੇ ਦਿਓ ਬਾਰੀਸਪਨ ਕੁੰਫ੍ਰੀਸਿਓਨੇ ਆਟੋਮਾਟਿਕਾ ਜੇ ਆਟੋਮੈਟਿਕ ਗੱਡੀਏ ਆ ਆਟੋਮੈਟਿਕ ਕਲੱਚੇ ਉਹਨਾਂ ਲਿਆਸ ਪਰ ਮੈਂ ਟ੍ਰਾਂਸਮਿਸ਼ਨੇ ਇਧਰੌਲਿਕੋ ਦਾ ਵੀ ਮੰਨ ਕੀਤਾ ਸੀ ਆਂਦਾ ਜੇ ਆਟੋਮੈਟਿਕ ਕਲੱਚੇ ਉੱਤੇ ਨੇਰੇ ਪਰ ਤੈਂਸ ਫਿਰ ਪਰ ਤਿੰਸਾ ਦਮਾ ਨਹੀਂ ਗੱਡੀ ਚਲਾਉਣਾ ਸਫ਼ਰ ਸ਼ੁਰੂ ਕਰਨਾ ਆਂਦੇ ਆਟੋਮੈਟਿਕ ਕਲੱਚ ਹੈ ਤੇ ਜਿਸ ਟਾਈਮ ਤੁਸੀਂ ਚੱਲਣ ਲੱਗਦੇ ਚੱਲਣ ਲੱਗਦੀ ਹੈ ਗੱਡੀ ਸੁਫੀ ਚੈਨ ਤੇ ਬਸ ਫਿਰ ਠੀਕ ਹੈ ਕਾਫੀ ਇਹ ਅਚੇਲੇ ਰਾਰੇ ਰੇਸ ਦੇ ਦਿਓ ਆਟੋਮੈਟਿਕ ਕਲੱਚ ਹੈ ਹਾਂਜੀ ਗੱਡੀ ਚਲਾਉਣ ਲੱਗਿਓ ਹਾਂਜੀ ਬਸ ਰੇਸ ਦੇ ਦਿਓ ਚੱਲ ਪਏਗੀ ਜੀ ਠੀਕ ਹੈ ਕਿਉਂਕਿ ਉਸ ਟਾਈਮ ਉਹਦੇ ਵਿੱਚ ਇਹ ਪੈਡਲ ਇਹ ਤੇ ਹੋਣਾ ਹੀ ਨਹੀਂ ਨਾ ਬਸ ਰੇਸ ਦੇ ਦਿਓ ਚੱਲ ਪਏਗੀ ਜੇ ਆਟੋਮੈਟਿਕ ਹੈ ਤੇ ਵੇਰੋ اسی ভাই ویروس کو ایکوری ویرو نظر مار لیے پھر میں فال سوچا جا جاں گا اندھے کہ ارگانی دی ٹرانس میشنو نے جڑا گاڑی نو چلانا ہو تے چیزاں یوز ہونیاں نے کلچ گیئر اور اور راڈ اور ڈیفرنشل اےچر چیزاں یوز ہونیاں جی ٹھیک ہے جی گاڑی مینول ہے تے مینول نہیں ہے تے پھر انا دوما چیزاں ضرورت نہیں رہندی تے اندھے کہ کلچ یوز ہوندا ہے ਕਲਚ ਲੱਗਾ ਹੁੰਦਾ ਹੈ ਮੋਟਰੇ ਤੇ ਕੰਬਿਓ ਦੇ ਕੋਲ ਹਾਂ ਕਲਚ ਸਰਵੇ ਯੂਜ਼ ਹੁੰਦਾ ਹੈ ਕੋਲੇਗਾਰ ਹੈ ਆ ਜੋੜਦਾ ਆਪਸ ਚ ਗ੍ਰਾਡੂਅਲ ਆਸਤਾ ਆਸਤਾ ਮੋਟਰ ਨੂੰ ਤੇ ਗੀਰ ਨੂੰ ਇਹ ਮਤਲਬ ਹੈ ਫਿਰ ਕਹਿ ਲਓ ਕਲਚ ਜੋੜਦਾ ਹੈ ਮੋਟਰ ਨੂੰ ਤੇ ਗੀਰ ਨੂੰ ਵੇਰੋ ਤੀਜੇ ਚ ਕਹਿੰਦਾ ਹੈ ਕਿ ਕਲਚ ਮਕੈਨੀਕਲ ਜਿਹਦਾ ਸਿਸਟਮ ਹੈ ਤੇ ਉਹ ਰਗੜ ਦੇ ذریعے ਕੰਮ ਕਰਦਾ ਹੈ ਵੇਰੋ ਤੇ ਕਲਚ ਅ ਜ਼ਿਆਦਾ ਡਿਸਕ ਵਾਲਾ ਵੀ ਹੁੰਦਾ ਹੈ ਔਰ ਜ਼ਿਆਦਾ ਡਿਸਕ ਵਾਲਾ ਬਨਿਆ ਤੋਂ ਉਹ ਲਿਓ ਆਇਲ ਚ ਭਜੇ ਹੁੰਦਾ ਹੈ ਕਲਚ ਇੱਕ ਡਿਸਕ ਵਾਲਾ ਵੀ ਹੁੰਦਾ ਫਿਰ ਉਹ ਸੁੱਕੀ ਡਿਸਕ ਹੋਏਗੀ ਵੇਰੋ ਤੇ ਕਲਚ ਜੇ ਮੋਨੋ ਡਿਸਕ ਕੋ ਇੱਕ ਡਿਸਕ ਵਾਲਾ ਹੈ ਸੁੱਕੇ ਹੈ ਤੇ ਉਹ ਉਹਦੇ ਚ ਇੱਕ ਸਟੀਲ ਦੀ ਡਿਸਕ ਹੁੰਦੀ ਹੈ ਸੋਰੀ ਅਚਾ ਹੀਓ ਹਾਂ ਸਟੀਲ ਨੇ ਕਹਿੰਦੇ ਸਟੀਲ ਦੀ ਡਿਸਕ ਹੁੰਦੀ ਹੈ ਉਰ ਉਹਦੇ ਤੇ ਲੈਦਰ ਚੜੇ ਹੁੰਦੇ ਕੁਝਾਂ ਬਸਾਂ ਦਾ ਕਲਚ ਚੇਂਜ ਦਾ ਹੁੰਦਾ ਹੈ ਕਿ ਉਹਦੇ ਵਿੱਚ ਜ਼ਿਆਦਾ ਡਿਸਕ ਆਉਂਦੀਆਂ ਵੇਰ ਉਹ ਜਿਹੜੀਆਂ ਭਾਰੀਆਂ ਗੱਡੀਆਂ ਨੇ ਉਹਨਾਂ ਦੇ ਵਿੱਚ ਕਲਚ ਪਾਵਰ ਕਮਾਂਡ ਵਾਲਾ ਹੁੰਦਾ ਹੈ ਪਾਵਰ ਸਿਸਟਮ ਵਾਲਾ ਹੁੰਦਾ ਹੈ ਠੀਕ ਹੈ ਨਾਵੇਂ ਸਵਾਲ ਵੀ ਮੈਂ ਕਿਹਾ ਸੀ ਸੇਮ ਹੀ ਹੈ ਕਿ ਬਸਾਂ ਟਰੱਕਾਂ ਦੇ ਵਿੱਚ ਪਾਵਰ ਜ਼ਿਆਦਾਤਰ ਸੋਰੀ ਕਲਚ ਜ਼ਿਆਦਾਤਰ ਪਾਵਰ ਸਿਸਟਮ ਵਾਲਾ ਹੁੰਦਾ ਹੈ ਵੇਰ ਉਹ ਅਗੇ ਅੱਛਾ ਇਹਦੇ ਵਿੱਚ ਕੀ ਕਹਿੰਦਾ ਹੈ ਟਰਾਂਸਮਿਸ਼ਨ ਇਧਰੌਲੀ ਕਾ ਦਾ ਮਤਲਬ ਹੈ ਕੀਤਾ ਆਟੋਮੈਟਿਕ ਗੱਡੀ ਜਿਹੜੀਆਂ ਬੱਸਾਂ ਆਟੋਮੈਟਿਕ ਹੁੰਦੀਆਂ ਨੇ ਉਹਦੇ ਵਿੱਚ ਕਲੱਚ ਤੇ ਗੇਅਰ ਦੀ ਜਗ੍ਹਾ ਤੇ ਟਰਾਂਸਮਿਸ਼ਨ ਇਧਰੌਲੀ ਕੋ ਨੂੰ ਲਾ ਦਿੱਤਾ ਜਾਂਦਾ ਹੈ ਯਾਨੀ ਆਟੋਮੈਟਿਕ ਕਰਤਾ ਜਾਂਦਾ ਹੈ ਟਰਾਂਸਮਿਸ਼ਨ ਇਧਰੌਲੀ ਕਾ ਜੇ ਸਿਸਟਮ ਹੈ ਮਤਲਬ ਆਟੋਮੈਟਿਕ ਗੱਡੀ ਹੈ ਤੇ ਫਿਰ ਉਹਦੇ ਵਿੱਚ ਨਹੀਂ ਹੁੰਦਾ ਨਾ ਕਲੱਚ ਤੇ ਨਾ ਹੀ ਕਲੱਚ ਦਾ ਪੈਡਲ ਔਰ ਜੇ ਕਲੱਚ ਆਟੋਮੈਟਿਕ ਹੈ ਬਸ ਫਿਰ ਚੱਲਦੇ ਟਾਈਮ ਰੇਸਤੇ ਦੇ ਉਹ ਗੱਡੀ ਚੱਲ ਪੈਗੀ ਫਲਸ ਉਸ ਉਸ ਪ੍ਰੈਸ਼ਨ ਕਲੱਚ ਸਰਵੇ ਮੇਤੇ ਰਿ ਕੋਲੇਗਾਰੇ ਲੱਗਿਆ ਹੁੰਦਾ ਜੁੜਿਆ ਹੁੰਦਾ ਧੀਰੇ ਤਮਨ ਤੇ ਡਾਇਰੈਕਟ ਮੋਟਰ ਦੇ ਨਾਲ ਕੁੰਨ ਆਸੀ ਤੇਲੇ ਰੋਤੇ ਮੂਤ੍ਰੀਚੇ ਔਰ ਜਿਹੜੇ ਟਾਇਰ ਜ਼ੋਰ ਮਾਰਦੇ ਨੇ ਉਹਨਾਂ ਦੇ ਐਕਸਲ ਦੇ ਨਾਲ ਜ਼ਰਾ ਫਿਰ ਉਸ ਫੋਟੋ ਚਾਜੋ ਐਕਸਲ ਹੁੰਦਾ ਇਹ ਆਸੀ ਹੈ ਮੋਟਰ ਹੋ ਗਈ ਹੈ ਤੇ ਆਂਦਾ ਕਲਚ ਐਸ ਮੋਟਰ ਔਰ ਐ ਆਸਿਆਂ ਦੇ ਵਿੱਚਕਾਰ ਜੁੜਿਆ ਹੁੰਦਾ ਨਹੀਂ ਭਾਈ ਕਲਚ ਲੱਗਦਾ ਹੈ ਗੇਅਰ ਗੇਅਰਬਾਕਸ ਔਰ ਮੋਟੋਰੇ ਦੇ ਸੈਂਟਰ ਚ ਠੀਕ ਹੈ ਨਾ ਐਸ ਵਾਰ ਗਲਤ ਹੈ ਕਿ ਕਲਚ ਲੱਗਿਆ ਹੁੰਦਾ ਕਿੱਥੇ ਜੀ ਮੋਟੋਰੇ ਦੇ ਕੋਲ ਤੇ ਆਸੇ ਦੇ ਕੋਲ ਨਹੀਂ ਆਉਣੀ ਇਹ ਥਾਂ ਹੁੰਦੀ ਸੀ ਨਾ ਗਲਤ ਥਾਂ ਹੁੰਦੀ ਸੀ ਡਿਸਕੀ ਡਿਸਕੋ ਦੇ ਲਾ ਫ੍ਰੇਸਿਓਨੇ ਜਿਹੜੀ ਕਲਚ ਦੀ ਡਿਸਕ ਹੈ ਅੱਛਾ ਇਹ ਸਟੀਲ ਦੀ ਹੁੰਦੀ ਏ ਸਪਸੋਲਾਤੋ ਐਡ ਐ ਪ੍ਰੀਵੋ ਦੀ ਕੁਅਲਸੀਆਜ਼ੀ ਸਪਸੋਲਾਤੋ ਮੀਨ ਉਹਦੇ ਤੇ ਬੁਰਸ਼ ਲੱਗੇ ਹੁੰਦੇ ਨੇ ਅੰਦਾਜੀ ਕਲੱਚ ਦੀ ਜਿਹੜੀ ਡਿਸਕ ਏ ਉਹ ਸਟੀਲ ਦੀ ਹੁੰਦੀ ਏ ਇਹ ਤਾਂ ਗੱਲ ਠੀਕ ਸੀ ਪਰ ਬੁਰਸ਼ ਤੇ ਨਹੀਂ ਲੱਗੇ ਹੁੰਦੇ ਇਹ ਗੱਲ ਗਲਤ ਕੀਤੀ ਸੂ ਪ੍ਰੀਵੋ ਕੁਅਲਸੀਆਜ਼ੀ ਰਿਵੈਸਟੀਮੈਂਟੋ ਰਿਵੈਸਟੀਮੈਂਟੋ ਮੀਨ ਉਹਦੇ ਤੇ ਸ਼ੀਟ ਚੜਿਆ ਆਉਣਾ ਪਰਤ ਚੜਿਆ ਆਉਣਾ ਸ਼ੀਟ ਕਹਿ ਲਓ ਪਰਤ ਕਹਿ ਲਓ ਤੇ ਉਹਦੇ ਤੇ ਸ਼ੀਟ ਨਹੀਂ ਹੁੰਦੀ ਪ੍ਰੀਵੋ ਦਾ ਮਤਲਬ ਨੋ ਹੁਣ ਮਾਣੀ ਸਮਝ ਆ ਜਾਣਾ ਹੈ ਕਲਚ ਸਟੀਲ ਦਾ ਹੁੰਦਾ ਹੈ ਕਲਚ ਦੇ ਵਿੱਚ ਇੱਕ ਸਟੀਲ ਵਾਲੀ ਡਿਸਕ ਹੁੰਦੀ ਹੈ ਜੇ ਠੀਕ ਹੈ ਉਹਦੇ ਤੇ ਨਹੀਂ ਹੁੰਦੀ ਸ਼ੀਟ ਜਾਂ ਉਹਦੇ ਤੇ ਪਰਤ ਚੜਿਆ ਹੁੰਦਾ ਫਾਲਸੋ ਚੜਿਆ ਹੁੰਦਾ ਜੀ ਇਹ ਵੀ ਕੋਈ ਉਤੇਸ਼ੀ ਚੜਿਆ ਹੁੰਦਾ ਲੈਦਰ ਚੜਿਆ ਹੁੰਦਾ ਫਾਲਸੋ ਯਾਨੀ ਮਾਣੀ ਕਹ ਲਓ ਕਿ ਪ੍ਰੀਵੋ ਰੀਵੈਸਟਮੈਂਟ ਤੋਂ ਮੀਨ ਲੈਦਰ ਨਹੀਂ ਚੜਿਆ ਹੁੰਦਾ ਫਾਲਸੋ ਹੋ ਗਿਆ ਇਹ ਰਿਵੈਸਟਮੈਂਟ ਉਹ ਵੇਰਵਿਚ ਪੜਿਆ ਵੀ ਨਹੀਂ ਤੁਸੀਂ ਇਹ ਲਫ਼ਜ਼ ਹੈ ਨਾ ਫਾਲਸ ਵਿੱਚ ਪ੍ਰੋਲੀਸ ਇਸ ਯੂਜ਼ ਕਰਦਾ ਜਿਹੜੇ ਵੇਰਵਿਚ ਤੁਸਾਂ ਨਜ਼ਰ ਵੀ ਨਹੀਂ ਆਏ ਦੇਖੇ ਵੀ ਕੋਈ ਨਹੀਂ ਫ੍ਰੀ ਸੀ ਹੋਣੇ ਜੇ ਕਲਚ ਆਟੋਮੈਟਿਕ ਹੈ ਫਿਰ ਪੈਡਲ ਸਸਤੀ ਤੂ ਚੇਂਜ ਕਰਕੇ ਉਹਦੀ ਜਗ੍ਹਾ ਤੇ ਪੈਡਲ ਦੀ ਜਗ੍ਹਾ ਤੇ ਕੀ ਲਾ ਦਿੰਨੇ ਆ ਇੰਤੇਰੂ ਤੋਰੇ ਬਟਨ ਲਾ ਦਿੰਨੇ ਆ ਫਾਲਸ ਹੋ ਗਿਆ ਅੰਦੇ ਕਿ ਕਲਚ ਆਟੋਮੈਟਿਕ ਹੈ ਤੇ ਪੈਡਲ ਦੀ ਜਗ੍ਹਾ ਤੇ ਅਸੀਂ ਇਹ ਬਟਨ ਲਾ ਦਿੰਨੇ ਆ ਨਹੀਂ ਭਾਈ ਫਿਰ ਪੈਡਲ ਦੀ ਵੀ ਜ਼ਰੂਰਤ ਇਹ ਖਤਮ ਹੀ ਹੋ ਜਾਂਦਾ ਪੈਡਲ ਫਿਰ ਫ੍ਰੀਸੀਓਨੀ ਐਡ ਰੀਡੂਟੋਰੇ ਕਲਚ ਔਰ ਰੀਡੂਟੋਰੇ ਇਹ ਕਿਸੇ ਹੋਰ ਪਾਰਟ ਦਾ ਨਾਮ ਲੈ ਰਿਹਾ ਤਰਵਾਨ ਨੂੰ ਇਹ ਤੁਹਾਨੂੰ ਲੱਭਦੇ ਨੇ ਕਾਂਬਿਓ ਗੇਅਰ ਦੇ ਕੋਲ ਔਰ ਡਿਫਰੈਂਸ਼ੀਅਲ ਦੇ ਕੋਲ ਫਾਲਸੋ ਇਸ ਵਾਰ ਸਮਝ ਲੋ ਵਾਤੇ ਫਿਰ ਅਸੀਂ ਐਸੇ ਫੋਟੋ ਚਾਜਾਂਗੇ ਕਲਚ ਐ ਹੈ ਜੀ ਬਿਲਕੁਲ ਐ ਇਹ ਲੱਗਦਾ ਮੋਟਰ ਦੇ ਕੋਲ ਤੇ ਕਾਂਬਿਓ ਦੇ ਕੋਲ ਤੁਸੀਂ ਨਾ ਆਪਣੇ ਪੇਪਰ ਤੇ ਭਾਵੇਂ ਇਹ ਚੀਜ਼ ਨੋਟ ਕਰ ਲਓ ਲਿਖ ਲਓ ਕਿ ਜੀ ਕਲਚ ਠੀਕ ਹੈ ਤੇ ਇਹ ਉਹਦੇ ਤੇ ਐਂ ਡੱਬਾ ਜਿਹਾ ਬਣਾ ਲਓ ਫਿਰ ਅੱਗੇ ਲਿਖ ਲਓ ਡੱਬਾ ਜਿਹਾ ਬਣਾ ਕੇ ਕਾਂਬਿਓ ਗੇਅਰ ਠੀਕ ਹੈ ਫਿਰ ਇੱਕ ਇੱਥੇ ਡੱਬਾ ਜਿਹਾ ਬਣਾਓ ਉਹਦੇ ਉੱਤੇ ਲਿਖ ਲਓ ਮੋਟਰ ਠੀਕ ਹੈ ਫਿਰ ਤਾਂ ਕਿ ਉਸ ਤੁਹਾਡੇ ਸਾਹਮਣੇ ਰਵੇ ਐਂਦੇ ਬਹੁਤ ਸਾਰੇ ਨੇ ਸਵਾਲ ਬਣਾਏ ਨੇ ਵੇਰੋ ਕੀ ਹੈ ਕਿ ਕਲਚ ਲੱਗਿਆ ਹੁੰਦਾ ਹੈ ਗੇਅਰ ਅਲੇ ਡੱਬੇ ਔਰ ਮੋਟਰ ਵਾਲੇ ਡੱਬੇ ਦੇ ਗੱਬੇ ਸੈਂਟਰ ਚ ਤੇ ਹੁਣ ਇਸ ਵਾਰ ਫਿਰ ਗਲਤ ਹੈ ਕਿ ਕਲਚ ਲੱਗਿਆ ਹੁੰਦਾ ਹੈ ਕਿੱਥੇ ਜੀ ਕੰਬੀਯੋ ਗੇਅਰ ਔਰ ਡਿਫਰੈਂਸ਼ੀਅਲ ਦੇ ਕੋਲ ਤਰਵਾਉਣਾ ਦਾ ਮਤਲਬ ਲਬਣਾ ਲਗਾਉਣਾ ਵੀ ਠੀਕ ਹੈ ਕਦੀ ਇੱਥੇ ਲਿਖਦਾ ਕੋਲੇਗਾਰ ਹੈ ਲਗਾਉਤਾ ਹੈ ਤੇ ਇਹ ਵਾਰ ਗਲਤ ਕਰ ਰਹੇ ਤਬਹੇ ਤੁਸੀਂ ਬਬ ਬਰਾ ਵੀ ਹੋ ਜੀ ਕੀਮਤੀ ਟਾਈਮ ਕੱਢ ਕੇ ਬੈਠਦੇ ਹੋ ਔਰ ਇਹ ਉਮੀਦ ਰੱਖੋ ਯਕੀਨ ਰੱਖੋ ਚਲੋ ਕਦੀ ਆਸਤਾ ਕਦੀ ਤੇਜ਼ ਤੁਰ ਕੇ ਇਕ ਮੰਜ਼ਿਲ ਤੇ ਜ਼ਰੂਰ ਪਹੁੰਚੋਗੇ ਇਨਸ਼ਾਅੱਲਾ ਗਾਰੰਟੀ ਅੜੀ ਗੱਲੇ ਵੈਕੋਲੀ ਕੋਨ ਕਵਾਟਰ ਰੋਤੇ ਮੋਟ੍ਰੀਚੇ ਜੇ ਤੁਹਾਡੀ ਗੱਡੀ ਦੇ ਚਾਰੇ ਟਾਇਰ ਜ਼ੋਰ ਮਾਰਦੇ ਨੇ ਮਤਲਬ ਇੰਜਨ ਤੇ ਨੇ ਇਹਨੂੰ 4x4 ਗੱਡੀ ਵੀ ਕਹਿੰਦੇ ਹੋ ਤੇ ਨੂੰ ਨੀਚੇ ਸੀ ਤਾਂ ਨੂੰ ਜ਼ਰੂਰੀ ਨਹੀਂ ਹੈ ਫਿਰ ਕਲਾਚ ਦੀ ਗਲਤ ਹੋ ਗਿਆ ਵੇ ਕੋਲੀ ਕੁੰਡੂਪਿਉ ਅਸਿਸਟਰ ਸੰਤੇ ਜੇ ਦੋਵੇ ਦੋ ਐਕਸਲ ਨੇ ਸਟੀਰਿੰਗ ਦੇ ਉੱਤੇ ਐਕਸਲ ਦੋ ਮਤਲਬ ਇਹ ਹੁਣ ਇੱਕ ਐਕਸਲ ਹੈ ਨਾ ਆਸੇ ਵੇ ਤੇ ਪਤਾ ਕੀਆਂ ਗੱਡੀਆਂ ਦੇ ਦੋ ਐਕਸਲ ਹੁੰਦੇ ਨੇ ਇੱਥੇ ਵੀ ਟਾਇਰ ਹੁੰਦੇ ਨੇ ਜੋੜਾ ਜੋੜਾ ਤੇ ਇੰਜ ਹੈ ਨਾ ਟਰੱਕ ਇੰਜ ਦੇ ਵੀ ਹੁੰਦੇ ਨੇ ਤੇ ਆਂਦਾ ਜੇ ਦੋਵੇ ਟਾਇਰ ਦੋ ਐਕਸਲ ਵਾਲੀ ਡਬਲ ਐਕਸਲ ਨੇ ਉਹ ਰ ਸਟੀਰਿੰਗ ਤੇਨੇ ਤੇ ਦੋਤਾਤੀ ਦੂਏ ਫ੍ਰੀਸੀਓ ਨੇ ਫਿਰ ਦੋ ਕਲਚ ਚਾਹੀਣਗੇ ਦੋ ਐਕਸਲ ਵਾਲੀ ਗੱਡੀ ਹੈ ਹਾਂਜੀ ਤੇ ਫਿਰ ਦੋ ਕਲਚ ਚਾਹੀਦੇ ਨੇ ਫਰਸੋ ਕਲਚ ਇੱਕੋ ਹੀ ਹੁੰਦਾ ਹੈ ਕਲਚੇ ਦੋ ਨਹੀਂ ਹੋ ਸਕਦੇ ਜਿਵੇਂ ਅੱਲਾਹ ਤਾਲਾ ਰਾਬੇ ਕੀ ਹੈ ਕਲਚ ਇਹ ਕੀ ਹੈ ਅੱਛਾ ਜੀ ਫ੍ਰੀਸੀਓ ਨੇ ਕਲਚ ਨੂੰ ਰਫਰੇਦਾ ਤਾਂ ਠੰਡਾ ਕੀਤਾ ਜਾਂਦਾ ਹੈ ਅਪੋਜ਼ਿਟ ਵਿੰਤੋਲਾ ਇੱਕ ਪੱਖੇ ਦੇ ਜ਼ਰੀਏ ਜੀ ਪੱਖਾ ਕੋਈ ਸਟੂਡੈਂਟ ਕਹਿ ਰਹੇ ਸੀ ਕਿ ਮਾਨੀ ਕਲੀਅਰਲੀ ਦੱਸਿਆ ਕਰੋ ਮੈਂ ਹੁਣ ਲਿਖ ਹੀ ਦੇਣਾ ਬਾਈ ਤੁਹਾਡੀ ਡਿਮਾਂਡ ਪੂਰੀ ਕਰਨ ਵਾਸਤੇ ਆਂਦਾ ਕਿ ਕਲੱਚ ਨੂੰ ਠੰਡਾ ਕੀਤਾ ਜਾਂਦਾ ਪੱਖੇ ਰਹੀਂ ਨਹੀਂ ਜੀ ਗਲਤ ਹੋ ਗਿਆ ਕਲੱਚ ਨੂੰ ਆਰਿਆ ਕੰਪਰੈਸਰ ਰਹੀਂ ਠੰਡਾ ਕੀਤਾ ਜਾਂਦਾ ਕੰਪਰੈਸਰ ਲਈ ਹੋ ਫ੍ਰੀਸਿਓਨੇ ਕਲੱਚ ਨੂੰ ਕਿਉਂ ਕਲੱਚ ਦੇ ਉੱਤੇ ਲੈਦਰ ਹੁੰਦਾ ਹੈ ਨਾ ਤੇ ਉਹ ਰਗੜ ਖਾਂਦਾ ਹੈ ਉਹ ਗਰਮ ਹੁੰਦਾ ਹੈ ਫਿਰ ਉਹਨੂੰ ਠੰਡਾ ਕਰਨਾ ਪੈਂਦਾ ਪਰ ਇਹਦੇ ਨਾਲ ਨਹੀਂ ਕੀਤਾ ਜਾਂਦਾ ਕਲੱਚ ਦੀ ਡਿਸਕੀ ਮਲਟੀਪਲੀ ਜੇ ਜ਼ਿਆਦਾ ਡਿਸਕ ਵਾਲਾ ਕਲੱਚ ਹੈ ਜਿਵੇਂ ਆਇਆ ਹੋ ਗਿਆ ਇੱਕ ਤੇ ਦੋ ਤੇ ਜ਼ਿਆਦਾ ਡਿਸਕ ਵਾਲਾ ਕਲੱਚ ਹੈ ਤੇ ਉਤੀ ਲਿਜ਼ਾਤ ਕਾਂਬਿਉ ਉਹਦਾ ਗੇਅਰ ਵੈਲੋਸੀਤਾ ਸਪੀਡ ਵਾਲਾ ਪਿਉ ਦੀ 4 ਮਾਰਚੇ ਚਾਰ ਤੋਂ ਜ਼ਿਆਦਾ ਗੇਅਰ ਹੋਣਗੇ ਕਲਾਚ ਜਿਆਦਾ ਡਿਸਕ ਹਾਂਜੀ ਫਿਰ ਗੇਅਰ ਵੀ ਚਾਰ ਤੋਂ ਜ਼ਿਆਦਾ ਹੋਣਗੇ ਯਾਨੀ ਪੰਜ ਗੇਅਰ ਹੋਣਗੇ ਜਾਂ 6 ਗੇਅਰ ਹੋਣਗੇ ਇਸਾਤ ਫਾਲਸੋ ਐਸੀ ਬਈ ਵੀਰਸ ਫੋਲੀ ਕੁਰੀ ਫਿਰ ਨਜ਼ਰ ਮਾਰ ਲਓ ਕਲਚ 13 ਨੰਬਰ ਮੈਂ ਸਵਾਲ ਪੜਾਉਣ ਲਗਾ ਕਲਚ ਲੱਗਿਆ ਹੁੰਦਾ ਐ ਐਕਸਲ ਔਰ ਮੋਟਰ ਦੇ ਗੱਬੇ ਸੈਂਟਰ ਚ ਫਾਲਸੋ ਐ ਡਿਸਕ ਜਿਹੜੀ ਕਲਚ ਦੀ ਉਹ ਸਟੀਲ ਦੀ ਹੁੰਦੀ ਐ ਔਰ ਉਹਦੇ ਤੇ ਨਹੀਂ ਹੁੰਦਾ ਕੋਈ ਪਰਤ ਨਹੀਂ ਚੜਿਆ ਹੁੰਦਾ ਕੋਈ ਸ਼ੀਟ ਨਹੀਂ ਚੜੀ ਹੁੰਦੀ ਫਾਲਸ ਚੜੀ ਹੁੰਦੀ ਕਲਚ ਜੇ ਆਟੋਮੈਟਿਕ ਹੈ ਤੇ ਫਿਰ ਉਹਦੀ ਜਗ੍ਹਾ ਤੇ ਪੈਡਲ ਦੀ ਜਗ੍ਹਾ ਤੇ ਅਸੀਂ ਬਟਨ ਲਾ ਦਿੰਦੇ ਹਾਂ ਫਾਲਸ ਮੈਂ ਵੀ ਦੱਸਿਆ ਅੱਜ ਦੇ ਸਬਕ 'ਚ ਫ੍ਰਿਸਿਓ ਨੇ ਆਟੋਮੈਟਿਕ ਕ ਵੀ ਕਹਿੰਦੇ ਨੇ ਕਲਚ ਆਟੋਮੈਟਿਕ ਉਹ ਔਰ 트੍ਰਾਂਸਮਿਸ਼ਨ ਨੇ ਦਰਾਉਲੀ ਕਦੋਂ ਮਮੋਨੀ ਕੀਤੇ ਆਟੋਮੈਟਿਕ ਗੱਡੀ ਠੀਕ ਹੈ ਨਾ ਉਹ ਫਿਰ ਤਾਂ ਕਿ ਦੋ ਵਿਸ ਵਾਲਾ ਲੋ ਜਾਣ ਸਾਡੇ ਕਲਚ ਗੇਅਰ ਤੇ ਡਿਫਰੈਂਸ਼ੀਅਲ ਦੇ ਕੋਲ ਲੱਗਾ ਹੁੰਦਾ ਫਾਲਸ ਤੋ ਉਹਨੂੰ ਹੀ ਲੱਗਿਆ ਉਹਨਾਂ ਕਲਚ ਅ ਐਮਰ ਹਸਵਾਲ ਵਿੱਚ ਹੋ ਗਿਆ ਸੀ ਮੈਂ ਪੜਾ ਦੇਣਾ ਫ੍ਰਿਸਿਓ ਨੇ ਜਿਹੜਾ ਕਲਚ ਹੈ ਔਰ ਗਾਨੀ ਦੀ ਟਰਾਂਸਮਿਸ਼ਨ ਨੇ ਪ੍ਰਿੰਸੀਪਾਲੇ ਇਹ ਕ ਟਰਾਂਸਮਿਸ਼ਨ ਇਹ ਗੱਡੀ ਨੂੰ ਚਲਾਉਣ ਵਾਲਾ ਮੇਨ ਸਿਸਟਮ ਹੈ ਆ ਔਰਗਾਨੀ ਟਰਾਂਸਮਿਸ਼ਨ ਦਾ ਮਤਲਬ ਕਰੋ ਗੱਡੀ ਨੂੰ ਚਲਾਉਣਾ ਜੀ ਗੱਡੀ ਨੂੰ ਚਲਾਉਣਾ ਗੱਡੀ ਨੂੰ ਚਲਾਉਣ ਵਾਲਾ ਸਿਸਟਮ ਤੇ ਆਂਦਾ ਜਿਹੜਾ ਕਲੱਚ ਹੈ ਨਾ ਉਹ ਇਹ ਗੱਡੀ ਨੂੰ ਚਲਾਉਣ ਵਾਲਾ ਸਿਸਟਮ ਹੈ ਪ੍ਰਿੰਸੀਪਲ ਹੈ ਬੜਾ ਮੇਨ ਸਿਸਟਮ ਹੈ। ਔਰ ਦਿਲ ਕੰਬਿਓ ਆਟੋਮੈਟਿਕੋ ਆਟੋਮੈਟਿਕ ਗੇਅਰਾਂ ਵਿੱਚ ਜੇ ਆਟੋਮੈਟਿਕ ਗੇਅਰ ਵਾਲੀ ਗੱਡੀ ਕਲੱਚ ਇੱਕ ਮੇਨ ਸਿਸਟਮ ਹੈ ਆਟੋਮੈਟਿਕ ਗੇਅਰਾਂ ਵਿੱਚ ਭਈ ਆਟੋਮੈਟਿਕ ਗੱਡੀ ਹੋਵੇ ਆਟੋਮੈਟਿਕ ਗੇਅਰ ਹੋਣ ਤੇ ਉਹਦੇ ਵਿੱਚ ਕਲੱਚ ਹੁੰਦਾ ਹੀ ਨਹੀਂ। ਅੰਜਮਾਨੀ ਕਰ ਲੋ ਕਿ ਗੱਡੀ ਤੁਹਾਡੀ ਕੰਬਿਓ ਆਪ ਤੋਂ ਮਾਤ ਹੀ ਕੋਈ ਹਾਂਜੀ ਆਟੋਮੈਟਿਕ ਗੇਰ ਗੇਰ ਵਾਲੀ ਗੱਡੀ ਹੈ ਸਾਡੀ ਤੇ ਆਂਦਾ ਇਹਦੇ ਵਿੱਚ ਫਿਰ ਕਲਚ ਬੜਾ ਮੇਨ ਇਹਦਾ ਫੰਕਸ਼ਨ ਹੁੰਦਾ ਹੈ ਕਲਚ ਦਾ ਪ੍ਰਿੰਸੀਪਲ ਮੇਨ ਫੰਕਸ਼ਨ ਹੁੰਦਾ ਹੈ ਕਲਚ ਦਾ ਫਾਲਸੋ ਹੋ ਗਿਆ ਆਟੋਮੈਟਿਕ ਗੱਡੀ ਵਿੱਚ ਕਲਚ ਦਾ ਮੇਨ ਫੰਕਸ਼ਨ ਨਹੀਂ ਹੁੰਦਾ ਵੀ ਕਲਚ ਯੂਜ਼ ਹੀ ਨਹੀਂ ਬਲਕਿ ਹੁੰਦਾ ਯਾ ਆਟੋਮੈਟਿਕ ਗੱਡੀ ਵਿੱਚ ਫ੍ਰਿਸੇਓ ਨੇ ਹੁੰਦਾ ਹੀ ਨਹੀਂ ਐਂਜੂ ਕਹਿੰਦਾ ਕਟ ਹੀ ਮਾਰ ਦੇ ਦੇ ਤੇ ਇਸ ਗੱਡੀ ਮੇ ਇਹ ਉਤਾ ਹੀ ਨਹੀਂ ਹੈ ਫਿਰ ਅੱਗੇ ਕੀ ਕਹਿੰਦਾ ਕਿ ਜੇ ਚਾਰੀਟਰ ਜ਼ੋਰ ਮਾਰ ਦੇਣ ਤੇ ਫਿਰ ਕਲਚ ਦੀ ਜ਼ਰੂਰਤ ਹੀ ਨਹੀਂ ਫਾਲਸੋ ਕਲਚ ਦੀ ਜ਼ਰੂਰਤ ਤਾਂ ਨਹੀਂ ਹੁੰਦੀ ਜੇ ਆਟੋਮੈਟਿਕ ਗੱਡੀ ਹੋਵੇ ਠੀਕ ਹੈ ਨਾ ਤੇ ਇਹ ਵੀ ਗਲਤ ਹੈ ਉਸ ਤੋਂ ਬਾਅਦ ਇਹਦੇ ਵਿੱਚ ਕੀ ਕਿਹਾ ਸੋ ਕਿ ਜੇ ਡਬਲ ਐਕਸਲ ਵਾਲੀ ਤੁਹਾਡੀ ਗੱਡੀ ਹੈ ਤੇ ਫਿਰ ਦੋ ਕਲਚ ਹੋਣੇ ਚਾਹੀਦੇ ਨੇ ਫਾਲਸੋ ਕਲੱਚ ਨੂੰ ਠੰਡਾ ਕਰਦਾ ਪੱਖਾ ਫਾਲਸੋ ਔਰ ਜੇ ਜ਼ਿਆਦਾ ਡਿਸਕ ਵਾਲਾ ਕਲੱਚ ਹੈ ਤੇ ਫਿਰ 4 ਤੋਂ ਜ਼ਿਆਦਾ ਗੇਅਰ ਚਾਹੀਦੇ ਨੇ ਫਾਲਸੋ ਅਗਲਾ ਪੇਜ ਫ੍ਰੀਸੀਓਨੀ ਕਲੱਚ ਦੇ ਬਾਰੇ ਤੁਸੀਂ ਪੜ ਰਹੇ ਹੋ ਭਾਈ ਕਲੱਚ ਨੇ ਹੁਣ ਤੁਹਾਡੀ ਜਾਨ ਨਹੀਂ ਛੱਡਣੀ ਠੀਕ ਹੈ ਜੀ ਇਹ ਕਲੱਚ ਹੁੰਦਾ ਜਿਸ ਤਰ੍ਹਾਂ ਕਿ ਹੈ ਔਰ ਇਹਦੇ ਤਿੰਨ ਡਿਸਕਾਂ ਚੜਦੀਆਂ ਨੇ ਇੱਕ ਇੱਕ ਹੋਰ ਫੋਟੋ ਦੇਖ ਰਹੀ ਸੀ ਅਸੀਂ ਜਿਸ ਤਰ੍ਹਾਂ ਕਿ ਇਹ ਹੋ ਗਿਆ ਜੀ ਇਹ ਵੀ ਫੋਟੋ ਠੀਕ ਹੈ ਕਲਚ ਦੇ ਬਾਰੇ ਅਸੀਂ ਪੜ ਰਹੇ ਹਾਂ ਆਂਦਾ ਹੈ ਕਿ ਫ੍ਰੀਸਿਓਨ ਕਲੱਚ ਜਿਹੜਾ ਬਾਹਰ ਤੇ ਔਰਗਾਨੀ ਦੀ ਤਰ੍ਹਾਂ ਸਿਸਮਿਓ ਨੇ ਜਿਹੜਾ ਗੱਡੀ ਨੂੰ ਚਲਾਉਣ ਵਾਲਾ ਸਿਸਟਮ ਏ ਉਹਦਾ ਹਿੱਸਾ ਏ ਹਾਂ ਉਹਦਾ ਹਿੱਸਾ ਇਹਦੇ ਵਿੱਚ ਚਾਰ ਚੀਜ਼ਾਂ ਹੁੰਦੀਆਂ ਸੀ ਕਲੱਚ ਵੀ ਉਹਦਾ ਹਿੱਸਾ ਹੈ ਫ੍ਰੀਸਿਓਨ ਕਲੱਚ ਹੋ ਸਕਦਾ ਹੈ tipo monodisco ek disk wala aur o sekos sukka hunde hosh hunde theek hai na matlab ye pad kya hai ki ek disk wala hi hunde zyada lekin ek disk wala te seko hi hoega pakka okay te jeda eh multiply hai eh seko bhi ho sakta hai plus polio wala bhi ho sakta hai do kisam da ho sakda hai eh sirf eko kisam da hi hunde good ho gaya na ਤੇ ਨਾ ਹੁਣ ਯਾਦ ਕਰ ਲਵੇ ਇਹਨੂੰ ਅ ਕੀ ਸੀ ਫ੍ਰਿਸਿਓ ਨੇ ਮੋਨੋਡਿਸਕੋ ਕਹਿ ਲੋ ਜਾਂ ਡਿਸਕੋਨੀ ਕੋ ਔਰ ਫ੍ਰਿਸਿਓ ਨੇ ਮਲਟੀਪਲੀ ਠੀਕ ਹੈ ਨਾ ਐਸੇ ਕੋਈ ਹੋਏਗਾ ਔਰ ਇਹ ਦੋ ਤਰ੍ਹਾਂ ਦਾ ਹੋਏਗਾ ਤੇ ਅੱਗੇ ਜੀ ਕੀ ਹੈ ਅਲਕੂਨੀ ਆਉਟੋ ਵਹੀਕਲ ਕੁਝਾਂ ਗੱਡੀਆਂ ਤੇ ਕਲਚ ਇਨੇਸਤਾ ਜੋੜਦਾ ਹੈ ਆਟੋਮੈਟਿਕ ਇਨੇਸਤਾ ਦਾ ਮਾਨਵੀਆ ਜੀ ਯਾਦ ਕਰੋ ਨਾ ਜੋੜਨਾ ਫਿਰ ਤੁਹਾਨੂੰ ਸਹੀ ਸਮਝ ਲੱਗੇ ਔਰ ਉਹ ਕੀ ਸੀ ਟਰਾਂਸਮਿਸ਼ਨ ਇਧਰੌਲੀਕਾ ਦਮਾਨੀ ਕੀ ਕੀਤਾ ਸੀ ਆਟੋਮੈਟਿਕ ਗੱਡੀ ਉਹਦਾ ਵੀ ਮਾਨੀ ਤੇ ਇਹਦਾ ਇਹਨਾਂ ਦੋਵਾਂ ਦਾ ਮਾਨੀ ਅੱਜ ਦੇ ਸਬਕ ਚ ਇਹ ਜਟਕਾ ਜਿਹਾ ਕਰਨਾ ਜਿਹੜਾ ਮੈਂ ਦਿੱਤਾ ਫਿਰ ਸਮਝ ਆ ਜਾਏਗੀ ਅਜੀ ਕਲਚ ਜੋੜ ਕੁਝਾਂ ਗੱਡੀਆਂ ਵਿੱਚ ਕਲਚ ਜੋੜਦਾ ਹੈ ਆਟੋਮੈਟਿਕ ਯਾਨੀ ਆਟੋਮੈਟਿਕ ਗੱਡੀਆਂ ਚ ਅੰਦੇ ਅਲਕੂਨੀ ਆਉਤੋ ਵਹੀਕਲ ਕੁਝਾਂ ਗੱਡੀਆਂ ਦੀ ਕਮਾਂਡ ਫ੍ਰੀਸੀਓਨੀ ਆਟੋਮੈਟਿਕਾ ਟੋਮੈਟਿਕ ਕਲਚਰ ਹੁੰਦੀ ਹੈ ਸੇਮ ਹੀ ਨਤੀਜਾ ਤੇ ਚੌਥਾ ਸਵਾਲ ਉਹ ਕੀ ਜੀ ਤੇ ਇਹਦੇ ਵਿੱਚ ਕਹੇਗਾ ਕਿ ਕਲਚ ਚਾਰ ਕਿਸਮਾਂ ਦਾ ਦਾ ਫੰਕਸ਼ਨ ਹੁੰਦਾ ਹੈ ਆਪਣਾ ਰਗੜ ਦੇ ਨਾਲ ਹੀ ਕੰਮ ਕਰਦਾ ਹੈ ਮਕੈਨੀਕਲ ਰਗੜ ਦੇ ਨਾਲ ਔਰ ਇੱਕ ਤੇ ਇੱਕ ਹੈ 2 3 4 ਕਲਚ ਦੀ ਫੰਕਸ਼ਨ ਕਲਚ ਚਾਰ ਕਿਸਮ ਦਾ ਆ ਰਿਹਾ ਜੀ ਅੱਜ ਕੱਲ ਫ੍ਰੀਸਿਓ ਨੇ ਹੋ ਸਕਦਾ ਹੈ ਅਤ੍ਰੀਤੋ ਮੈਕੈਨਿਕੋ ਮਕੈਨੀਕਲ ਰਗੜ ਵਾਲਾ ਇਧਰੌਲੀਕਾ ਪਾਵਰ ਸਿਸਟਮ ਵਾਲਾ ਇਲੈਟਰੋ ਇਧਰੌਲੀਕਾ ਇਲੈਕਟ੍ਰਿਕ ਪਾਵਰ ਸਿਸਟਮ ਵਾਲਾ ਇਲੈਟਰੋ ਮਨੀਆ ਇਲੈਟਰੋ ਮਨੀਏ ਟਿਕਾ ਇਲੈਟਰੋ ਮਨੀਏ ਟਿਕਾ ਯਾਨੀ ਮੈਗਨੇਟ ਪਲਸ ਇਲੈਕਟ੍ਰਿਕ ਕਲਚ ਚਾਰ ਕਿਸਮਾਂ ਦਾ ਹੋ ਗਿਆ र मकैनिकल रगड़ वाला एक इधर को पावर वाला दो और इलैक्ट्रिक पावर त्रै हूँ ये इधर को भी आ गया ना इलेक्ट्रिक भी आ गई और इलैक्ट्रिक प्लस मैगनट जिमें चुंबक आई मखना चार किस्म अगला सवाल ਫ੍ਰੀਸੀਓਨੇ ਹੋ ਸਕਦਾ ਹੈ ਟਿੱਪੋ ਡਿਸਕੋ ਉਨੀਕੋ ਇੱਕ ਡਿਸਕ ਵਾਲਾ ਵੀ اور ਡਿਸਕੋ ਮਲਟੀਪਲੀ ਜ਼ਿਆਦਾ ਡਿਸਕ ਵਾਲਾ ਵੀ ਠੀਕ ਹੈ ਇਹ ਤੇ ਚਲੋ ਤੁਸੀਂ ਗੱਲ ਨਾਲ ਕਰ ਹੀ ਲਈਏ ਅਗਲਾ ਸਵਾਲ ਫ੍ਰੀਸੀਓਨੇ ਕਲਚ ਜੇ ਡਿਸਕੀ ਮਲਟੀਪਲੀ ਜ਼ਿਆਦਾ ਡਿਸਕਾਂ ਵਾਲਾ ਹੈ ਅਦਾ ਅਦੱਤ ਸੁਪਰ ਤੂ ਤੋ ਇਹਨੂੰ ਪੁੱਛાડ ਦਿਓ ਵੇਹੀ ਕੋਲੀ ਮਾਸਾ ਜਿਨ੍ਹਾਂ ਦਾ ਵਜ਼ਨ ਉਹ ਟੈਂਸਰ ਜਿਨ੍ਹਾਂ ਦੀ ਪਾਵਰ ਇਹੇ ਵੱਤਾ ਜ਼ਿਆਦਾ ਹੁੰਦੀ ਅਨੇ ਜਿਹੜਾ ਕਲੱਚ ਇਹਨਾਂ ਜ਼ਿਆਦਾ ਡਿਸਕਾਂ ਵਾਲਾ ਉਹ ਉਹਨਾਂ ਗੱਡੀਆਂ 'ਚ ਲੱਗਦਾ ਏ ਜਿਨ੍ਹਾਂ ਦਾ ਵਜ਼ਨ ਜਾਂ ਉਹਨਾਂ ਦੀ ਪਾਵਰ ਜ਼ਿਆਦਾ ਹੋਵੇ ਇਹੇ ਵੱਤਾ ਬੜਾ ਇੰਪੋਰਟੈਂਟ ਪ੍ਰੋਬਲਮ ਨੂੰ ਛੱਡਣਾ ਨਹੀਂ ਇਹਦਾ ਮਤਲਬ ਕੀ ਹੈ ਕਿ ਆਈ ਆਈ ਪਾਵਰ ਵਾਲੀਆਂ ਗੱਡੀਆਂ ਤੇ ਮਲਟੀ ਜ਼ਿਆਦਾ ਡਿਸਕਾਂ ਵਾਲਾ ਕਲੱਚ ਲਾ ਦਿਓ ਆਈ ਪਾਵਰ ਵਾਲੀਆਂ ਗੱਡੀਆਂ ਤੇ ਇਹ ਕਲੱਚ ਲਾ ਦਿਓ ਜ਼ਿਆਦਾ ਡਿਸਕਾਡ। ਠੀਕ ਹੈ। ਪੋਟੈਂਸ਼ੀਅਲ ਵਾਟ ਆਈ ਪਾਵਰ। ਇਜ਼ੀ ਸਵਾਲ ਨੇ ਅਗਲੇ ਸਾਰੇ ਇਜ਼ੀ ਲੱਗਣੇ ਨੇ ਤੁਹਾਨੂੰ। ਤੇ ਫ੍ਰਿਸਿਓ ਨੇ ਕਲਚ ਹੂਸ ਪੋਏ ਸਰੀਓਸਾ ਕਦੇ ਆਟੋਮੈਟਿਕੂ ਆਟੋਮੈਟਿਕ ਗੱਡੀ ਵਾਲਾ ਫ੍ਰਿਸਿਓ ਨੇ ਜੇ ਕਲਚ ਡਿਸਕੀ ਮਲਟੀਪਲੀ ਜ਼ਿਆਦਾ ਡਿਸਕਾਡ ਹੈ ਪੋਏ ਸਰੀਓ ਹੋ ਸਕਦਾ ਸੇਕੋ ਸੁਕਾਵੀ ਹੋ ਸਕਦਾ। ਉਪਰੇ ਜਾਂ ਫਿਰ ਬਾਨੀਓ ਉਲੀਓ ਆਇਲ ਨਾਲ ਪੀਜਿਆ ਵੀ ਹੋ ਸਕਦਾ ਠੀਕ ਹੈ ਜੀ ਆ ਦੋ ਕਿਸਮ ਦਾ ਮੈਂ ਅੱਗੇ ਵੀ ਦੱਸਿਆ ਕਲਚ ਹੋ ਸਕਦਾ ਹੈ ਫ੍ਰੀਸੀਓ ਨੇ ਕਲਚ ਹੋ ਸਕਦਾ ਹੈ ਕਮਾਂਡੋ ਹਾਈਡਰੌਲਿਕ ਕੋ ਹੈਡਰੌਲਿਕ ਕਮਾਂਡ ਵਾਲਾ ਵੀ ਹੋ ਸਕਦਾ ਹੈ ਜਾਂ ਫਿਰ ਪਨੀਓਮੋ ਹਾਈਡਰੌਲਿਕ ਕੋ ਯਾਨੀ ਹੈਡਰੌਲਿਕ ਵੀ ਹੈ ਔਰ ਪਨੀਓਮੋ ਹਵਾ ਵੀ ਹੈ ਇਹਦਾ ਮعنی ਆ ਰਹੀਆ ਕਰ ਲਓ ਹਾਈਡਰੌਲਿਕ ਵੀਰ ਉਹਦੇ ਉਹ ਹਵਾਲਾ ਵੀ ਹੋ ਸਕਦਾ ਹੈ ਐਸੀ ਬਈ ਫਿਰ ਉਸ ਵਾਂਗ ਫਿਰ ਪੀਟ ਕਰਾਂਗੇ ਆਂਦਾ ਹੈ ਕਿ ਕਲਚ ਇੱਕ ਹਿੱਸਾ ਹੈ ਗੱਡੀ ਨੂੰ ਚਲਾਉਣ ਵਾਲਾ ਜਿੰਨੇ ਵੀ ਜਿਹੜਾ ਸਿਸਟਮ ਉਹਦੇ ਵਿੱਚ ਕਲਚ ਵੀ ਉਹਦਾ ਹਿੱਸਾ ਹੈ ਤੇ ਓਰਗਨਿਟ੍ਰਾ ਸਮਿਸ਼ਨੇ ਦਾ ਕਲਚ ਜੇ ਇੱਕ ਡਿਸਕ ਹੈ ਫਿਰ ਸੁੱਕਾ ਹੋਏਗਾ ਵੇਰੋ ਤੁਝੋ ਕਰਿਓ ਜੀ ਪੂਰੀ ਕਲਚ ਜੋੜਦਾ ਆਟੋਮੈਟਿਕ ਜੁੜਨ ਵਾਲਾ ਵੀ ਕਲਚ ਹੁੰਦਾ ਠੀਕ ਹੈ ਜੀ ਮਤਲਬ ਆਟੋਮੈਟਿਕ ਗੱਡੀਆ ਤੇ ਕਲਚ ਫਿਰ ਇਹਦੇ ਵਿੱਚ ਹੋਈ ਕਿਸ ਕਲਚ ਆਟੋਮੈਟਿਕ ਵੀ ਹੁੰਦਾ ਵੇਰੋ ਕਲਚ ਚਾਰ ਕਿਸਮ ਦਾ ਹੁੰਦਾ ਹੈ ਅ ਅਤ੍ਰੀਤੋ ਮੈਕੈਨਿਕੋ ਇਧਰੌਲੀ ਕੋਰ ਇਲੈਕਟ੍ਰਿਕ ਇਧਰੌਲੀ ਕੋਰ ਔਰ ਇਲੈਟਰੋਮਾਨੀਤੀ ਕਾ ਯਾਨੀ ਮੈਗਨੇਟ ਵਾਲਾ ਕਲਚ ਜੇ ਇੱਕ ਡਿਸਕ ਵਾਲਾ ਤੇ ਫਿਰ ਇੱਕ ਡਿਸਕ ਵਾਲਾ ਵੀ ਹੁੰਦਾ ਹੈ ਔਰ disc ਕੋਲ ਮਲਟੀਪਲ ਵੀ ਹੁੰਦਾ ਹੈ ਔਰ ਭਾਰੀ ਜ਼ਿਆਦਾ ਪਾਵਰ ਵਾਲੀਆਂ ਗੱਡੀਆਂ ਚ ਜ਼ਿਆਦਾ discਾਂ ਵਾਲਾ ਕਲਚ ਹੋਏਗਾ ਵੀਰੋ ਕਲਚ ਆਟੋਮੈਟਿਕ ਵੀ ਹੋ ਸਕਦਾ ਹੈ ਵੀਰੋ ਕਲਚ ਜੇ ਜ਼ਿਆਦਾ discਾਂ ਵਾਲਾ ਹੈ ਤੇ ਉਹ ਸੁੱਕਾ ਵੀ ਹੋ ਸਕਦਾ ਹੈ ਓਲੀ ਵਾਲਾ ਵੀ ਹੋ ਸਕਦਾ ਹੈ ਵੀਰੋ ਔਰ ਕਲਚ ਹਾਈਡਰੌਲਿਕ ਵੀ ਹੋ ਸਕਦਾ ਹੈ ਹਾਈਡਰੌਲਿਕ ਔਰ ਪਨੀਊਮੋ ਹਾਈਡਰੌਲਿਕ ਵੀ ਹੋ ਸਕਦਾ ਹੈ ਦੋ ਕਿਸਮ ਦਾ ਹੋ ਸਕਦਾ ਹੈ ਕਿੰਤਰਾਆਂ ਦੀਆਂ ਗੱਡੀਆਂ ਆ ਰਹੀਆਂ ਨੇ ਜੀ ਉਹ ਤਾਂ ਸਕਦਾ ਹੈ ਮਰਲ ਤੁਸੀਂ ਡਾਟ ਇੱਕ ਫਸੇ ਹੋ ਜਿਹੜੇ ਸਵਾਲਾਂ ਚ ਫਸ ਗਏ ਹੋ ਨਾ ਤੇ ਅੱਗੇ ਫਾਲਸੋਚ ਆਉ ਹ ਗਲਤੀਆਂ ਕੱਢੀਏ ਵੇਰੋ ਜੇ ਸਮਝ ਆ ਗਏ ਨੇ ਤੇ ਗਲਤੀਆਂ ਕਰ ਲੋਗੇ ਵੇਈ ਕੋਲੀ ਪ੍ਰੋਵੀਸਤੀ ਕੰਬਿਉ ਆਟੋਮੈਟਿਕੂ ਜਿਨ੍ਹਾਂ ਦੇ ਆਟੋਮੈਟਿਕ ਗੇਅਰ ਹੁੰਦੇ ਨੇ ਉਹਨਾਂ ਚ ਕਲੱਚ ਲੱਗਾ ਹੁੰਦਾ ਹੈ ਦੇਵੇ ਇਸੇ ਰ ਜ਼ਰੂਰ ਦੀਪੋ ਅਤ੍ਰੀਤੋ ਰਗੜਾ ਲਾ ਹੁੰਦਾ ਹੈ ਔਰ ਡਿਸਕੋ ਸਿੰਗੋਲੋ ਸਿੰਗਲ ਡਿਸਕ ਹੁੰਦਾ ਹੈ ਅੰਦੇ ਆਟੋਮੈਟਿਕ ਗੇਅਰ ਵਾਲੀ ਗੱਡੀ ਤੁਸੀਂ ਵੇਖਦੇ ਹੋ ਉਹਦੇ ਵਿੱਚ ਕਲੱਚ ਲੱਗੇ ਹੁੰਦਾ ਹੈ ਹਾਂਜੀ ਆਟੋਮੈਟਿਕ ਗੱਡੀ 'ਚ ਵੀ ਕਲੱਚ ਹੁੰਦਾ ਹੈ ਜਿਹੜਾ ਕਲੱਚ ਸਿਸਟਮ ਹੁੰਦਾ ਇੰਜ ਕਹਿ ਲਓ ਆਟੋਮੈਟਿਕ ਗੱਡੀਆਂ ਦਾ ਦੇ ਵਿੱਚ ਜਿਹੜਾ ਕਲੱਚ ਸਿਸਟਮ ਹੈ ਉਸ ਸਿੰਗਲ ਡਿਸਕ ਲਈ ਹੁੰਦਾ ਹੈ ਉਹ ਰਗੜ ਵਾਲਾ ਹੀ ਹੁੰਦਾ ਸਿਰਫ ਇਹਦੇ ਨਾਲ ਕਦੀ ਸਿਰਫ ਲਾ ਲਓ ਨਾ ਸੋਲੋ ਫੇਰ ਮਾਨੀ ਹੋਰ ਕਲੀਅਰ ਹੋ ਜਾਏਗਾ ਕਿ ਜਿਹੜੀਆਂ ਆਟੋਮੈਟਿਕ ਕਲੱਚ ਜਾਂ ਗੇਅਰ ਵਾਲੀਆਂ ਗੱਡੀਆਂ ਹੁੰਦੀਆਂ ਨੇ ਉਹਨਾਂ 'ਚ ਸਿਰਫ ਕਲਚ ਰਗੜਣਾ ਹੀ ਹੁੰਦਾ ਹੈ ਔਰ ਸਿੰਗਲ ਡਿਸਕ ਹੀ ਹੁੰਦਾ ਹੈ ਫਾਲਸੋ ਜ਼ਿਆਦਾ ਡਿਸਕ ਦਾ ਮਲਟੀਪਲੀ ਡਿਸਕ ਵਾਲੀ ਹੁੰਦਾ ਹੈ ਅਜੀ ਸਿਰਫ ਐ ਹੀ ਹੁੰਦਾ ਤਾਂ ਗਲਤ ਹੋ ਗਿਆ ਫ੍ਰੀਸਿਓ ਨੇ ਕਲਚ ਹਿੱਸਾ ਹੈ ਔਰ ਗਾਨੀ ਸਸਪੈਂਸ਼ਨਿਓ ਨੇ ਕਮਾਨੀਆਂ ਦਾ ਕਮਾਨੀਆਂ ਸ਼ੌਕਰਾਂ ਦਾ ਹਿੱਸਾ ਹੈ ਨਹੀਂ ਜੀ ਕਲਚ ਹਿੱਸਾ ਹੈ ਔਰ ਗਾਨੀ ਟਰਾਂਸਮਿਸ਼ਨਿਓ ਨੇ ਨਹੀਂ ਹੁੰਦੇ ਫ੍ਰੀਸਿਓ ਨੇ ਕਲਚ ਕੋਮਾਂਡਾਤੇ ਆਟੋਮੈਟਿਕਮੈਂਟ ਆਟੋਮੈਟਿਕ ਕਲਚ ਨਹੀਂ ਹੁੰਦੇ ਫਾਲਸੂ ਹੁੰਦੇ ਕਲਚ ਜੇ ਡਿਸਕੀ ਮਲਟੀਪਲੀ ਜ਼ਿਆਦਾ ਡਿਸਕ ਵਾਲੇ ਨੋਨ ਵੀ ਐਨ ਐ ਮਾਈ ਬਿਲਕੁਲ ਨਹੀਂ ਮਨਤਾਤ ਸੁਲ ਵੇਕੋਲੀ ਪੁਇਜ਼ਾਂਤੀ ਲੱਗਦਾ ਭਾਰੀਆਂ ਗੱਡੀਆਂ 'ਚ ਅੰਦਰ ਜ਼ਿਆਦਾ ਡਿਸਕ ਵਾਲਾ ਕਲਚ ਨਹੀਂ ਲੱਗਦਾ ਭਾਰੀਆਂ ਗੱਡੀਆਂ 'ਚ ਲਗਦਾ ਜੀ ਪਾਰੀਆਂ ਗੱਡੀਆਂ ਸੀ ਬਲਕਿ ਲਗਦਾ ਫਿਰ ਨਜ਼ਰ ਮਾਰਾਂਗੇ ਜੀ ਆਂਦਾ ਆਟੋਮੈਟਿਕ ਗੇਅਰ ਯਾ ਕਲਚ ਵਾਲੀ ਜਿਹੜੀ ਗੱਡੀ ਹੁੰਦੀ ਏ ਉਹਦੇ ਚ ਕਲਚ ਸਿੰਗਲ ਡਿਸਕ ਵਾਲੀ ਹੁੰਦਾ ਰਗੜ ਲਈ ਹੁੰਦਾ ਹੈ ਫਾਲਸੋ ਜ਼ਿਆਦਾ ਡਿਸਕ ਵਾਲੀ ਹੁੰਦੇ ਜਿਵੇਂ ਆ ਗਿਆ ਅਗਲਾ ਸਵਾਲ ਆਂਦਾ ਹੈ ਕਿ ਮਤਲਬ ਹੁਣ ਤੁਸੀਂ ਕਹੋਗੇ ਕਿ ਉਹਨਾਂ ਤੇ ਕਲਚ ਹੁੰਦਾ ਹੀ ਨਹੀਂ ਆਟੋਮੈਟਿਕ ਬਈ ਕਲਚ ਦਾ ਸਿਸਟਮ ਤੇ ਅੰਦਰ ਹੁੰਦਾ ਹੈ ਨਾ ਲੇਕਿਨ ਪੈਡਲ ਨਹੀਂ ਹੁੰਦਾ ਜੀ ਆ ਇਹ ਪੈਡਲ ਨਹੀਂ ਹੁੰਦਾ ਅੰਦਰ ਕਲਚ ਵਾਲਾ ਸਿਸਟਮ ਤੇ ਹੁੰਦਾ ਨਾ ਇੱਥੇ ਨਹੀਂ ਉਹ ਵੀ ਕੱਢ ਦਿੱਤਾ ਦੇ ਹੁੰਦਾ ਤੇ ਬਾਹਰ ਆ ਅਗਲਾ ਸਵਾਲ ਚ ਕੀ ਹੈ ਜੀ ਆਂਦਾ ਕਿ ਕਲਚ ਆਰਗੈਨਿਕ ਸਸਪੈਂਸ਼ਨ ਦਾ ਇਸ ਹੈ ਫਾਲਸੋ ਨਹੀਂ ਹੁੰਦਾ ਆਟੋਮੈਟਿਕ ਗੱਡੀਆਂ ਚ ਕਲਚ ਸਿਸਟਮ ਹੁੰਦਾ ਹੁਣੇ ਮੈਂ ਗੱਲ ਕੀਤੀ ਸੀ ਫਾਲਸੋ ਜੀ ਜੇ ਜ਼ਿਆਦਾ ਡਿਸਕ ਜ਼ਿਆਦਾ ਡਿਸਕ ਵਾਲਾ ਕਲਚ ਨਹੀਂ ਹੁੰਦਾ ਭਾਰੀਆਂ ਗੱਡੀਆਂ ਚ ਹੁੰਦਾ ਸਬਕ ਸੜਾ ਇਥੇ ਕੰਪਲੀਟ ਹੋਇਆ ਦੂਸਰੀ ਗੱਲ ਇਹ ਸੀ ਸਬਕ ਨੂੰ ਰਿਵਾਈਜ਼ ਵੀ ਕਰਿਆ ਕਰੋ ਭਾਈ ਬਹੁਤ ਜ਼ਰੂਰੀ ਹੈ ਇਹ ਸਮਝ ਕੇ ਕਿ ਚਲੋ ਜੀ ਸੋਖਾ ਹੀ ਮਨਵਾਉਂਦਾ ਹੀ ਹੈ ਨਹੀਂ ਐਸ অপਸ਼ਨ ਚ ਮੈਂ ਪੜਾਉਣਾ ਐਸ অপਸ਼ਨ ਚ ਤੁਸੀਂ ਕਲਾਸ ਲੈਣ ਤੋਂ ਬਾਅਦ ਐਸ অপਸ਼ਨ ਚ ਜਾਣਾ ਹੁੰਦਾ ਇਕੱਲੇ ਇਕੱਲੇ ਨੂੰ ਪੀ ਐਸ ਉਸੇ ਪੇਜ ਨੰਬਰ ਨੂੰ ਡਾਇਲ ਕਰਕੇ ਨਾ ਜੀ ਅੱਜ ਅਸੀਂ 25151 ਬੰਨਾਂ ਚ ਪੜਿਆ ਇਥੇ ਡਾਇਲ ਕਰੋ ਦੋਸੋ ਪੀ ਜਾ ਜੀ ਐਂਡ ਓਕੇ ਕਰੋ ਔਰ ਐਂਡ ਫੁੱਡ ਵੀਰੂ ਫਾਲਸੋ ਕਰੋ ਉਦ ਤੱਕ ਤਾਜ਼ਾ ਤਾਜ਼ਾ ਵੈਸੇ ਤੋ ਨੂੰ ਯਾਦ ਹੁੰਦਾ ਹੈ ਕਿ ਮੈਂ ਕੀ ਪੜਿਆ ਹੁਣ ਮੈਂ ਤੁਹਾਨੂੰ ਨਜ਼ਰ ਮਰਾ ਦੇਣਾ ਇਹ ਦੋ ਹੀ ਸਵਾਲ ਸੀ ਬੁਲਾਨੋ ਵਾਲੇ ਹਨਾ ਤੇ ਇਹ ਜਿਹੜਾ ਵੀਰੂ ਸੀ ਕਿ ਜੀ ਇਹ ਰੈਗੂਲੇਟ ਕਰਦਾ ਗੇੜਿਆਂ ਨੂੰ ਔਰ ਮੋਟਰ ਨੂੰ ਗੱਡੀ ਨੂੰ ਆ ਮੋਟਰ ਨੂੰ ਚਲਾਉਂਦਾ ਹੈ ਇਹ ਵੀਰੂ ਸੀ ਇਹ ਫਾਲਸੋ ਸੀ ਵੇਖੋ ਨਾ ਤਾਜ਼ਾ ਤਾਜ਼ਾ ਉਹ ਨੂੰ ਫੇਰਾ ਦੇਣ ਨਾਲ ਕਿੰਨਾ ਯਾਦ ਹੁੰਦਾ ਹੈ ਜ਼ਿਆਦਾ ਪੜ੍ਹਨਾ ਵੀ ਨਹੀਂ ਪੈਂਦਾ ਤੇ ਉਹ ਫਿਰ ਤੁਹਾਡਾ ਦਿਮਾਗ ਜਿਸ ਟਾਈਮ ਖੁਦ ਵੇਰ ਉਹ ਫਾਲਸੋ ਕਰ ਲੈਂਦਾ ਹੈ ਨਾ ਭਾਵੇਂ ਪੜ੍ਹ ਕੇ ਭਾਵੇਂ ਨਿਸ਼ਾਨੀ ਨਾਲ ਫਿਰ ਉਹ ਪੱਕੀ ਗੱਲ ਹੋ ਜਾਂਦੀ ਹੈ ਠੀਕ ਹੈ ਨਾ ਤੇ ਐ ਦੇ ਚ ਕਲਾਸ ਲਾਈਏ ਤੁਸੀਂ ਹੁਣ ਐ ਦੇ ਜਾਓ ਫਿਰ ਦੂਸਰਾ ਕੰਮ ਇਹ ਕਰੋ ਕਿ ਚੈਪਟਰ ਨੰਬਰ 11 ਚੱਲ ਰਿਹਾ ਹੈ ਨਾ ਇਹ 11 ਲਿਖਿਆ ਤੇ ਤੁਸੀਂ 10 ਨੰਬਰ ਚੈਪਟਰ ਦੇ ਹੁਣ ਸਕੇਦੇ ਰੋਜ਼ ਇਕੱਲੇ ਇਕੱਲੇ ਦੇ ਖਰੀਜੋ ਨਾਲ ਹੁਣ ਐਗਰਰੀ ਵਾਲੇ ਆਪਸ਼ਨ 'ਚ ਜਾਣਾ ਹੈ ਇਹਦੇ 'ਚ ਮੈਂ ਤੁਹਾਨੂੰ ਤਰੀਕਾ ਦੱਸਣਾ ਚੈਪਟਰ ਕਿਵੇਂ ਸਿਲੈਕਟ ਕਰਨਾ ਹੈ ਅਜੇ ਐਏ ਆਪਸ਼ਨ ਨੂੰ ਕਲਿੱਕ ਕਰ ਦਿਓ ਫਿਰ ਇਹ ਚੈਪਟਰ ਆ ਗਏ ਨੇ ਤੇ ਦੂਸਰਾ ਇਹ ਵੀ ਮਸਲਾ ਇਹ ਗੈ ਕਿ ਚੈਪਟਰ 10 ਸ਼ੋਅ ਕਰਦਾ ਹੈ ਹਾਲਾਂਕਿ ਐਪਲੀਕੇਸ਼ਨ 'ਚ ਨਾਰਮਲ ਚੈਪਟਰ ਕਿੰਨੇ ਨੇ ਆਓ ਹੁਣ ਨਜ਼ਰ ਮਾਰੀਏ ਨਾਰਮਲ ਚੈਪਟਰ ਨੇ ਸਾਡੀ ਐਪਲੀਕੇਸ਼ਨ 'ਚ 14 ਸਤਾਰਾ ਸ਼ੋ ਕਰ ਰਹੇ ਹਨ 1 ਤੋਂ ਲੈ ਕੇ 17 ਕੁਝ ਬੁੱਕਾਂ 'ਚ 14 ਸ਼ੋ ਹੁੰਦੇ ਨੇ ਕੁਝਾਂ 'ਚ 17 ਹੁੰਦੇ ਨੇ ਤੇ ਬਹਾਰਾਲ ਇਹ ਚੈਪਟਰ ਉਨੇ ਹੀ ਨੇ ਸਿਰਫ ਇਹਨਾਂ ਦੀ ਨਾ ਨੰਬਰਿੰਗ ਦੀ ਸੈਟਿੰਗ ਇਸ ਤਰ੍ਹਾਂ ਦੀ ਕੀਤੀ ਹੈ ਕੋਈ ਐਪਲੀਕੇਸ਼ਨ ਨੇ ਉਹਨਾਂ ਨੂੰ ਛੋਟੇ-ਛੋਟੇ ਕਰਕੇ 17 ਪਾਰਟ ਬਣਾ ਦਿੱਤੇ ਨੇ ਉਸ ਬੁੱਕ ਦੇ ਕਿਸੇ ਐਪਲੀਕੇਸ਼ਨ ਨੇ ਉਸ ਬੁੱਕ ਦੇ 14 ਚੈਪਟਰ ਬਣਾ ਦਿੱਤੇ ਨੇ ਉਹਨਾਂ ਦੀ ਸੈਟਿੰਗ ਇੰਦੀ ਕੀਤੀ ਹੈ ਬਾਕੀ ਸਿਲੇਬਸ ਹੋਈ ਹੈ ਠੀਕ ਹੈ ਨਾ ਕਿ 14 ਚੈਪਟਰ ਨੇ ਇਸ 17 ਨੰਬਰ ਸ਼ੋ ਹੋ ਰਹੇ ਨੇ ਸਿਲੇਬਸ ਹੋਈ ਇਹ ਸਵਾਲ ਉਹਨੇ ਨੇ ਓਕੇ ਤੇ ਹੁਣ ਜਿਸ ਟਾਈਮ ਚੈਪਟਰ ਵਾਲੇ ਆਪਸ਼ਨ ਚ ਗਏ ਉਹ ਕਲੇ-ਕਲੇ ਪੇਜ ਤੇ ਉਹ ਐ ਸੌਰੀ ਚੈਪਟਰ ਦੇ ਸਿਲੈਕਟ ਕਰਨ ਵੇ ਤੇ ਗਏ ਤੇ ਉੱਥੇ 10 ਸ਼ੋ ਕਰ ਰਿਹਾ ਐ ਜਿਸ ਤਰ੍ਹਾਂ ਕਿ ਐ ਹੁਣ ਮੈਂ ਕਲਾ-ਕਲਾ ਚੈਪਟਰ ਸਿਲੈਕਟ ਕਰਨ ਵੇ ਤੇ ਇੱਧਰ ਆਇਆ ਤੇ ਇੱਥੇ 10 ਸ਼ੋ ਕਰ ਰਿਹਾ ਇਹ ਵੀ 17 ਹੀ ਨੇ ਲੇਕਿਨ ਇਹਨਾਂ ਦੀ ਸੈਟਿੰਗ ਉਹਨੇ ਇੰਦੀ ਕਹਤੀ ਕੀਤੀ ਹੈ ਤੇ ਬਹਰਾਲ ਹੁਣ ਇਹਦੇ ਵਿੱਚ ਥੋੜਾ ਜਿਹਾ ਦੇਖਣਾ ਪੈਣਾ ਕਿ ਮੇਰਾ ਕਿਹੜਾ ਕਿਹੜਾ ਚੈਪਟਰ ਹੋ ਗਿਆ ਹੈ ਇਹ ਪਹਿਲਾ ਤੇ ਜ਼ਰੂਰ ਤੁਸੀਂ ਪੜ ਲਿਆ ਹੈ ਟੈਕੋਗ੍ਰਾਫੀ ਵਾਲਾ ਐਸਟਰ ਕਰਕੇ ਤੁਸੀਂ ਆਈਡੀਆ ਲਾਣਾ ਕਿ ਮੈਂ ਜਿੰਨੇ ਚੈਪਟਰ ਮਾਸਟਰ ਕੋ ਪੜ ਲਏ ਨੇ ਉਹਨਾਂ ਸਾਰਿਆਂ ਨੂੰ ਕਲਿੱਕ ਕਰਕੇ ਇੱਕ ਸਕੇਦਾ ਬਣਾ ਕੇ ਉਹ ਵੀ ਰੋਜ਼ ਤੁਸੀਂ ਕਰਨਾ ਹੁੰਦਾ ਹੈ ਤੇ ਜੇ ਹੋ ਸਕੇ ਨਖੇੜਾ ਕਰ ਲਓ ਕਿ ਮੈਂ ਮਸਲਨ ਅੱਜ ਹੀ ਪੜਿਆ 11 ਨੰਬਰ ਚੈਪਟਰ ਚੱਲ ਰਿਹਾ ਤੇ ਮੈਂ 10 ਸਿਰਫ 10 ਦੇ ਸਕੇਦੇ ਕਰਨਾ ਚਾਹਣਾ ਉਹ ਜੇ ਟੁੰਡ ਲਓ ਤੇ ਉਹ ਵੀ ਠੀਕ ਹੈ ਤੇ ਉਹ ਮੈਨੂੰ ਕਿ ਰਿਮੋਕਾ ਲੱਗਿਆ ਮੈਂ ਵੀ ਤੁਹਾਨੂੰ ਦੱਸ ਦਿਆਂਗਾ ਕੱਲੇ ਚੈਪਟਰ ਜਾਨੀ ਪਿਛਲਾ ਜਿਹੜਾ ਚੈਪਟਰ ਗੁਜ਼ਰੇ ਰੋਜ਼ ਉਹਦੇ ਵੀ ਸਕੇਦੇ ਹੋਣ ਔਰ ਪਿਛਲੇ ਜਿੰਨੇ ਵੀ ਹੁਣ ਤੱਕ ਪੜੇ ਨੇ ਨਾ ਸਾਰਿਆਂ ਦੇ ਵੀ ਸਕੇਦੇ ਹੋਣ ਔਰ ਕੱਲੇ ਕੱਲੇ ਪੇਜ ਦੇ ਵੀ ਸਕੇਦੇ ਹੋਣ ਔਰ ਕਲਾਸ ਵੀ ਲਾਓ ਤਿੰਨ ਚਾਰ ਤਰੀਕੇ ਨਾਲ ਰਿਵੀਜ਼ਨ ਕਰੋਗੇ ਤੇ ਫਿਰ ਪਤੰਤੇ ਚੀ ਹੋਇਆ ਲੋ ਥੈਂਕ ਯੂ ਵੈਰੀ ਮਚ ਅੱਲਾ ਹਾਫਿਜ਼ ਅਸਲਾਮੁਅਲੈਕੁਮ ਸਸਰੀ ਕਾਲ ਜੀ ਨਮਸਕਾਰ ਜੀ ਬਾਏ ਬਾਏ